असलमैकम जी और हाल है ठीक ठाक हो अल्लाह तला दुआ है कि जना तो खैर और खरीत न रखे थोनों तो अपने प्यार अपने सज्जा का खास ध्यान रखने की जी। जनाब तफीकता फरमाए तुम उन्हों का ध्यान रखोगे ना एदा जिंदगी ज ठीक है चाह बड़ी आमी बंदा एक दूजे का ध्यान रखते रहे ठीक है अच्छा है, कुछ सवाल सर बड़े ज़रूरी है दो चार चौखे जरूरी सन तो कुछ ऐसे सर जो मैं क्या चलो भाई ਨਾਲ ਚਸਕੇ ਦਰ ਤੋਂ ਨਹੀਂ ਪਤਾ ਕਿ ਲੋਕ ਕੀ ਕੀ ਕਰਦੇ ਨੇ ਅ ਜਨਾਬ ਇੰਜੀਨੀਅਰ ਕਮਰਾਨ ਨੀਅਰ ਕਮਰਾਨ ਸਾਹਿਬ ਨੇ ਇਹ ਤੇ ਜਿਹੜੇ ਜਨਾਬ ਇੰਜੀਨੀਅਰ ਕਮਰਾਨ ਸਾਹਿਬ ਨੇ ਇਹ ਅਕਸਰ ਕਮੈਂਟਸ ਕਰਦੇ ਰਹੇ ਨੇ ਕਹਿੰਦੇ ਨੇ ਚਾਚਾ ਫਲੈਟਾ ਖੋਲ ਜੋ ਬੜੀ ਮਿਹਰਬਾਨੀ ਤੁਹਾਡੀ ਸਰ ਮੇਰੇ ਵਾਸਤੇ ਚ ਬੈ ਨਾ ਤੇ ਮੈਂ ਉਹਨੀਆਂ ਖਾ ਖੋਲ ਗਿਆ ਠੀਕ ਹੈ ਜਨਾਬ ਅਗੇ ਮਹਰਮ ਅਲੀ ਸਾਹਿਬ ਨੇ ਜਨਾਬ ਕਹਿੰਦੇ ਦੁਬਈ ਵਿਜ਼ਿਟ ਕਿੰਨੇ ਕੁ ਜੜੇ ਲੱਗਦੇ ਨੇ ਤਰੀ ਅਚਾ ਸਰ ਜੀ दुबई विजे से दो दड़े भी लगते हैं कि महीना महीना भी लगता है पाया पर हूँ अगू भी उम्मीद है इन दड़े नहीं लगने गए इन शाला जल्दी हो जाएगा ठीक है इनशाला जल्दी लग जाएगा तू तो फिर दूजा सवाल पूछते हैं पे कि मोहरम अली साहब के त्री नवंबर तो बाद छुट्टी वजेगी हाँ करो फलैटा खोल रहा जरूरी है ती हज तो बाद वाने अजय तक कोई एलान नहीं हो इस तरह इस चीज़ के बारे कोई अपडेट नहीं आई है ये मतलब है कि फ्लैटा खुलन दी इन का मुझे सही है चलो उसके जी ला हो जी दुआ करो आफत अतीक राजा साहब कह रहे कर दे आतीक साहब मैं एक अस्पताल जी इत शहर प्राइवेट अस्पताल है तो मैं उस अकाउंटेंट का जॉब करता जी ठीक है जी अरबिच कवद महास कह ठीक है अतीक साहब ने दुआ भी की अल्लाह तला तो जी शुक्रिया आतीक साहब बड़ी मेहरबानी अल्लाह खुश रखे जी जेड ए सी ਇਹ ਮੇਰੇ ਕੋਈ ਸ਼ਾਇਦ ਕੋਈ ਏਜੰਸੀ ਹੈ ਕਿ ਕਦਰ ਜੀ ਵਿਜ਼ਿਟ ਵੀਜ਼ਾ ਲੈਣ ਨੂੰ ਅਪਰੂਵਲ ਦੀ ਜ਼ਰੂਰਤ ਨਹੀਂ ਹੁੰਦੀ ਜੀ ਠੀਕ ਦੁਬਈ ਚ ਆਉਣ ਵਾਸਤੇ ਵਿਜ਼ਿਟ ਵੀਜ਼ਾ ਲੈਣ ਨੂੰ ਅਪਰੂਵਲ ਦੀ ਜ਼ਰੂਰਤ ਨਹੀਂ ਹੁੰਦੀ ਲੇਕਿਨ ਬਾਕੀ ਸ਼ਰਤਾਂ ਚਾਕਰ ਕੋ ਮੰਗਦਾ ਵੀ ਹੈ ਕੋ ਕਿ ਅਪਰੂਵਲ ਚਾਹੀਦਾ ਹੈ ਜਾਂ ਕੋ QR ਕੋਡ ਚਾਹੀਦਾ ਤੇ ਬਰਾਜੈਂਟ ਭਰਾ ਦਿੰਦੇ ਨੇ ਠੀਕ ਹੈ ਤੁਸੀਂ ਜੈਂਟ ਨੂੰ ਕਹੋਗੇ ਸਾਰਾ ਸਭ ਕੁਝ ਰੈਡੀ ਕਰ ਦੇਗਾ ਇਟਾ ਲੰਮਾ ਪ੍ਰੋਸੈਸ ਨਹੀਂ ਹੈ ਉਹ ਜੀਕਨ ਐਥੇ ਪੁੱਛਦੇ ਨਾ ਅਰਾਈਵਲ ਰਜਿਸਟ੍ਰੇਸ਼ਨ ਲਈ ਇਨਯੂ ਵੀਆ ਥੋੜਾ ਛੋਟਾ ਛੋਟਾ ਜਿਹਾ ਸਿਸਟਮ ਹੈ ਤੇ ਬੜੀ ਜਲਦੀ ਇੱਕ 2 ਮਿੰਟ नजीम साहब कहते हैं जी नजीम साहब तो सईद साहब दो बंद दो एक सवाल है फलैटा कूँ खुल है ते जी फ्लैटा मैं तो दसना नहीं पे मैं पता हूँ तो काश मैं पता हों मैं तुम्हें दसा कदों खुली बहुत इन शाला जल्दी खुलन आई हो सकता रात ही खुल इन शाह जी जनाब अगू जनाब तबसम खान साहब तो सादक साहब राणा साहब राणा त्रै बंद पूछा जी थोड़ा वट्सअप नंबर क्या है सर जी मेरा वट्सअप नंबर है जी जीरो जीरो नाइन टू थ्री जीरो सैवन फाइव डबल एट ट्रिपल सैवन जीरो सिफर सिफर बानवे त्रै सौ सत पौ अठासी सतर सत्तर ये मेरा वट्सअप नंबर है जी, ठीक है जी अच्छा जी गुरु नईम चौधरी साहब कह जी के दुबई भी इस सुने कि दुबई सऊदिया ने बंद कर छड़िया ने ਸਰ ਜੀ ਮੈਨੂੰ ਅੱਗੇ ਵੀ ਕੁਝ ਬੰਦੇ ਨੇ ਫੋਨ ਕੀਤਾ ਕਿ ਸਰ ਸੁਣਨੇ ਪੇ ਕਿ ਦੁਬਈ ਦੀਆਂ ਫਲੈਟਸ ਸੌਦੀਆਂ ਨੇ ਬੰਦ ਕਰ ਦਿੱਤੀ ਕਿਉਂ ਬੰਦ ਕਰ ਰਹੀਆਂ ਨੇ وجہ ਕੁ ਪਤਾ ਤੇ ਲੱਗ ਕੋਈ ਵਜ੍ਹਾ ਤਾਂ ਹੁੰਦੀ ਹੈ ਨਾ ਕੋਈ ਕਿਹਾ ਲੈ ਸਰ ਜੀ ਕੋਈ ਬੰਦਸ਼ਾਤ ਨਹੀਂ ਹੋਈਆਂ ਕੁਝ ਬੰਦੇ ਐਸੇ ਬੈਠੇ ਨੇ YouTube ਤੇ ਯਕੀਨ ਕਰੋ ਬੜਾ ਹੀ ਦੁੱਖ ਹੁੰਦਾ ਬੜਾ ਹੀ ਦੁੱਖ ਹੁੰਦਾ ਕਿ ਯਾਰ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਮੈਂ ਤਾਂ ਇਹ ਵਾਲੀ ਗੱਲ ਹੈ ਕਿ ਅੱਲਾਹ ਦੇ ਰਾਜ ਦੇ ਬੜੇ ਲੋਕਾਂ ਨੂੰ ਤੰਗ ਨਾ ਕਰਿਆ ਕਰੋ ਕੋਈ ਫਲੈਟ ਸ਼ੇਅਰ ਬੰਦ ਹੋਈ ਸਭ ਉਸੇ ਤਰ੍ਹਾਂ ਚੱਲਦਾ ਪਿਆ ਬੰਦੇ ਉਸੇ ਤਰ੍ਹਾਂ ਆਉਂਦੇ ਨੇ ਪਏ ਟੈਨਸ਼ਨ ਨਾ ਲਓ ਬਿਸਮਿਲ੍ਲਾ ਕਰਕੇ ਆ ਜਾਓ ਠੀਕ ਹੈ ਜੀ ਅਲੀ ਬਟ ਸਾਹਿਬ ਕਹਿੰਦੇ ਜੀ ਅਮਲ ਆਜੀ ਦਾ ਕੀ ਕੰਮ ਹੁੰਦਾ ਹੈ ਅਲੀ ਸਾਹਿਬ ਅਮਲ ਆਜੀ ਹੁੰਦਾ ਕਿ ਮਸਲ ਜੇ ਉਹਨੂੰ ਮਿਸਤਰੀ ਨਾ ਲਾਓ ਤਾਂ ਮਿਸਤਰੀ ਦਾ ਮਜ਼ਦੂਰ ਅਮਲ ਆਜੀ ਜਿਹੜਾ ਮਜ਼ਦੂਰ ਹੈ ਠੀਕ ਹੈ ਤੇ ਮਿਸਤਰੀ ਨਾ ਲਾਓ ਪਲਸਟਰ ਵਾਲੇ ਨਾਲ ਜੋ ਉਹਦਾ ਮਜ਼ਦੂਰ ਹੈ ਕਿਸੇ ਪਲੰਬਰ ਨਾਲ ਲਾਓ ਤੇ ਉਹਦਾ ਮਜ਼ਦੂਰ ਹੈ ਕਿਸੇ ਬਿਜਲੀ ਵਾਲੇ ਨਾਲ ਤੇ ਉਹਦਾ ਮਜ਼ਦੂਰ ਹੈ ਦੇ ਬੋਰੀਆਂ 80 ਚੁੱਕੇ ਖੜਨੀ ਉੱਤੇ ਦੂਜੀ ਮਰਜ਼ਲ ਤੇ ਉਹਨਾਂ ਕੰਮ ਕਰਲੇਗਾ ਦੁਕਾਨ ਚ ਬੋਰੀਆਂ ਲਾਣੀਆਂ ਨੇ ਦੁਕਾਨ ਤੋਂ ਬੋਰੀਆਂ ਚਾੜਨੀਆਂ ਨੇ ਕੋਈ ਚੀਜ਼ ਪੈਕਿੰਗ ਕਰਨੀਆਂ ਹਨ ਅਮਲ ਆਈਡੀ ਯਾਨੀ ਮਲਟੀ ਸਿਸਟਮ ਬੰਦਾ ਹੁੰਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਰੇਬਰ ਦਾ ਬੰਦਾ ਠੀਕ ਹੈ ਤੇ ਬੜਾ ਜ਼ਬਰਦਸਤ ਵੀਜ਼ਾ ਜੇ ਸਭ ਤੋਂ ਤਕਰੀਬਨ ਅੱਛਾ ਵੀਜ਼ਾ ਮੇਰੇ ਅਗਰ ਨਜ਼ਰ ਵਿੱਚ ਕੋਈ ਬੰਦਾ ਪੁੱਛੇ ਨਾ ਤੇ ਅਮਲ ਆਈਡੀ ਹੈ ਜਿਹੜਾ ਸਾਰੇ ਹੀ ਕੰਮ ਕਰ ਲੈਂਦਾ ਜਿਹੜਾ ਮਰਜ਼ੀ ਕਰਾ ਲਓ ਠੀਕ ਹੈ ਕਿ ਜੇ ਸਫਾਈ ਕਰਦਾ ਵੇਖਣ ਦੇ ਆਜੀ ਕੋਣ ਹੈ ਤੁਝੇ ਮੈਂ ਅਮਲ ਆਜੀ ਚੀਕ ਹੋ ਸਕਦਾ ਹੈ ਕਿਸੇ ਪਲੰਬਰ ਨਾਲ ਲੱਗੇ ਕਿਸੇ ਇਲੈਕਟ੍ਰੀਸ਼ੀਅਨ ਨਾਲ ਲੱਗੇ ਜਿੰਦਾ ਮਰਜ਼ੀ ਲੱਗੇ ਅਮਲ ਆਜੀ ਕਿਸੇ ਬਲੇ ਫਿਟ ਕਰ ਸਕਦਾ ਹੈ ਠੀਕ ਹੈ ਬੜਾ ਅੱਛਾ ਵੀਜ਼ਾ ਠੀਕ ਹੈ ਜੀ ਅਲੀ ਵਟਸਐਪ ਅੱਛਾ ਜੀ ਉਸ ਤੋਂ ਬਾਅਦ ਜਨਾਬ ਸੈਦ ਹੁਸੈਨ ਸੀਨ ਸੈਂਸਰ ਬਿਜਰ ਕਿ ਟੀਚਰਜ਼ ਔਫ ది ਫੈਮਿਲੀ ਵੱਲੋਂ ਫਰੇਟਾ ਓਪਨ ਹੈ ਤੇ ਉਹਨਾਂ ਦੀ ਵੀ ਫੈਮਿਲੀ ਵਿਜ਼ਿਟ ਅਲੀ ਵੀ ਆ ਸਕਦੀ ਹੈ ਸਰ ਜੀ ਵਿਜ਼ਿਟ ਅਲੀ ਫੈਮਿਲੀ ਆਰ ਰਿਸ਼ਬੰਦ ਦੀ ਆ ਸਕਦੀ ਜਿਹਨੇ ਧੋੜੋ ਜਿਹਾ ਥੜਵਾਇਆ ਨੇ वो जाके पाकिस्तान तो जाके अपनी फैमिली में लैया एक दो बंद ने अगे इस तरह दसाया कि मैं लैके आया मिस््री साढ़े जड़े काफ़ी स्टाफ ही चलने मुड़े कि जो लैके आए हैं फै अपनी फैमिली इतो डो लगे दो उन्होंने फैमिली उठू लगे ने गए ने जाके लै के, के दूसरे वापस आ गए हैं लेकिन पाकिस्तान तो एक दो बंद को मसलन सुनया ज्यादा लम्मा कन्फर्म नहीं जया तो मीज़ एनशन ला आ सकते कोई मसला नहीं अच्छा जी इंजीनियर आकाश साहब पूछते हैं जी अबू का भी सोचिया अपना ट्रैवल इंश्योरेंस है वो, बारे आकाश साहब अबु जबी तू सौ इंश्योरेंस की कौन लड़ है ठीक है इंश्योरेंस की लड़की उ तो तो स्टे कर दही है क्योंकि पंद्रह दिन रहना दुबई अबू जबी दुबई तो मुराद ये किस यू ए यूए पंद्रह दिन रहना है इंश्योरेंस हो इंश्योरेंस का फायदा यह हुआ है कि अगर अलग ना करे करोना हो गया ਤੁਰੇ ਦਿਲ ਪਹਿਲੇ ਮੇਰੇ ਇੱਕ ਦੋਸਤ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਮੇਰੇ ਬੱਚੇ ਨੂੰ ਕੋਰੋਨਾ ਹੋ ਗਿਆ ਹੈ ਤਰੇ ਫੈਮਿਲੀ ਮੈਂਬਰ ਸਨ ਤੇ ਇੱਕ ਨੂੰ ਹੋ ਗਿਆ ਤੇ ਦੂਜੇ ਦੋ ਠੀਕ ਸਰ ਉਹਨੂੰ ਉਹਦੀ ਜਿਹੜੀ 에ਮਰੇਟਸ 에ਅਰਲਾਈਨ ਨੂੰ ਪਤਾ ਲੱਗਾ ਕਿ ਉਹਦਾ ਇਹ ਮਸਲਾ ਹੋਇਆ ਹੈ ਕੋਰੋਨਾ ਤੇ 에ਮਰੇਟਸ ਨੇ ਅਗਲੇ 10 ਦਿਨ ਤੱਕ ਉਹਦੀ ਟਿਕਟ ਜਿਹੜੀ ਹੈ ਆਟੋਮੈਟਿਕ ਬਗੈਰ ਕਿਸੇ ਲੈਂਡਿੰਗ ਤੋਂ ਉਹਨਾਂ ਅੱਗੇ ਕਰ ਛੱਡੀ ਹੈ ਉਹੀ ਕੰਮ ਮੇਰੇ ਨਾਲ ਹੋਟਲ ਨਾਲ ਵੀ ਹੋਵੇਗਾ ਹੋਟਲ ਨੂੰ ਵੀ ਉਹ ਕਿਉਂਕਿ ਇਹ ਜਿਹੜੀ ਇੰਸ਼ੋਰੈਂਸ ਤੁਹਾਡੀ ਹੈ ਇਹਦਾ ਇਹ ਫਾਇਦਾ ਹੈ ਕਿ ਅਗਰ ਤੁਹਾਨੂੰ ਤੇ ਕਿਉਂਕਿ ਟਾਈਮ ਸਿਰ ਸੁਝਾਰ ਰਿਹਾ ਨਾ ਉਸ ਦੌਰਾਨ ਅਗਰ ਤੁਹਾਨੂੰ ਕੋਈ ਮੁਸ਼ਕਲ ਬਣਦੀ ਹੈ ਕਰੋਨਾ ਹੋ ਜਾਂਦਾ ਹੈ ਜਾਂ ਕੋਈ ਹੋਰ ਮਸਲਾ ਹੁੰਦਾ ਹੈ ਤੇ ਉਹ ਇੰਸ਼ੋਰੈਂਸ ਤੁਹਾਡੀ ਹੈਲਪ ਕਰੇਗੀ ਠੀਕ ਹੈ ਕਿਉਂਕਿ ਦਿਹਾੜੇ ਤੁਸੀਂ ਉੱਥੇ ਗੁਜ਼ਾਰਨੇ ਨੇ 15 ਇੱਥੇ ਤੁਸੀਂ ਤਾਂ ਹੀ ਆਉਣਾ ਜੇ ਕਰੋਨਾ ਠੀਕ ਹੋਣਾ ਸੀ ਜੇ ਠੀਕ ਹੋਣਾ ਸੀ ਤਾਂ ਮਤਲਬ ਫਿਰ ਤੁਹਾਨੂੰ ਸੀ ਇੰਸ਼ੋਰੈਂਸ ਦੀ ਲੋੜ ਕੋਈ ਅੱਛਾ ਹੋ ਗਿਆ ਤਾਂ ਨਾਰਮਲ ਇੰਸ਼ੋਰੈਂਸ ਤੁਹਾਡੀ ਚੱਲ ਪਵੇਗੀ ਠੀਕ ਹੈ ਜੀ ਅ ਇੰਸ਼ੋਰੈਂਸ ਜਿਹੜੀ ਹੈ ਉਹ ਤੁਹਾਨੂੰ ਸਿਰਫ ਉਦੋਂ ਚਾਹੀਦੀ ਹੈ ਠੀਕ ਹੈ ਸਰ ਅ ਆਕਾਸ਼ ਸਾਹਿਬ ਜੀ ਮੌਲਿਕ ਸੁਨੈਨ ਸਾਹਿਬ ਪੁੱਛਣੇ ਪੇ कि दुबई तो सौ अगर मुकीम का वर्कन आवे तो फिर असनैन साहब दुबई तो सौ या पाकिस्तान तो सौ या किसी मुल्क तू सौ आने वास्ते जरूरी है कि मुकीम के उत्ते रजिस्ट्रेशन करनी है मुकीम के उ दसना है कि मैं आ रहा यह एयरलाइन का नंबर है जहाज का नंबर ऐब है एयरलाइन का ना ऐब है फलाने एयरपोर्ट से टलना एम है ਤੇ ਫਲਾਨੀ ਤਾਰੀਖ ਨੂੰ ਢਲਣਾ ਹੈ ਮੈਂ ਇਹ ਇਨਫੋਰਮੇਸ਼ਨ ਤੁਸੀਂ ਦੇਣੀ ਹੈ ਤੇ ਦੇਣ ਤੋਂ ਬਾਅਦ ਫਿਰ ਤੁਸੀਂ ਅੱਗੇ ਐਂਟਰ ਹੋਣਾ ਹੈ ਇਸ ਤੋਂ ਬਗੈਰ ਤੁਹਾਡਾ সৌদি ਅਰਬ ਵਿੱਚ ਐਂਟਰ ਹੋਣਾ ਨਾ ਮੁਮਕਿਨ ਹੈ ਠੀਕ ਹੈ ਜੀ ਅਰਾਈਵਲ ਰਜਿਸਟ੍ਰੇਸ਼ਨ ਜਿਹੜੀ ਹੈ ਜਾਂ ਮਕੀਮ ਜਾਂ ਕਦੂਮ ਪੋਰਟਲ ਜਿਹੜਾ ਹੈ ਉਹਦੇ ਤੇ ਐਂਟਰੀ ਕਰਨ ਤੋਂ ਬਗੈਰ ਉਹਦੇ ਵਿੱਚ ਇੰਟਰ ਹੋਣ ਤੋਂ ਬਗੈਰ ਤੁਸੀਂ সৌদি ਅਰਬ ਵਿੱਚ ਐਂਟਰ ਨਹੀਂ ਹੋ ਸਕਦੇ ਤੁਹਾਨੂੰ 에어ਪੋਰਟ ਤੋਂ ਆਮਣ ਨਹੀਂ ਦੇਣ ਲੱਗੇ ਪਿਛਲੇ ਜਿਹੜੇ ਨੇ ਇਹ ਨਹੀਂ ਪਿਛਲੇ ਜਿਹੜੇ ਨੇ ਦੁਬਈ ਵਾਲੇ ਜਾਂ ਪਾਕਿਸਤਾਨ ਵਾਲੇ ਵੀ ਕਾਰਨ ਸੀ ਠੀਕ ਹੈ ਜੀ अच्छा जी आ, वलीद साहब पूछते हैं जी दुबई टू बहरीन बैहरीन टू वरीद कश्मीर लगता है दुबई तो बैहरीन मेरी फ्लैट है तो बैहरीन तो सऊदीया की फ्लैट है अच्छा हूँ मुकीम तो मैं कि फ्लैट का न लिखना है सर जी तुम्हें मुकीम तो उस फ्लैट का ना लिखना है जड़ी फ्लैट बह के सऊदी अरब चलना है तुम उत्तू आना दुबई टू ਜਿਹੜੇ ਜਾਦ ਜਾਵਣਾ ਜੇ ਉਸ ਜਾਦ ਨੇ ਆਪਣੇ ਸਿਰਫ ਔਰ ਸਿਰਫ ਬਹਿਰਨ ਤੱਕ ਬਹਿਰਨ ਆ ਕੇ ਤੁਹਾਡੀ ਫਲਾਈਟ ਚੇਂਜ ਹੋ ਜਾਣੀ ਹੈ ਤੁਸੀਂ ਆਪ ਨੂੰ ਦੱਸ ਦਿਓ ਇੱਕ ਵਾਰ ਉਸ ਤੇ ਦਾ ਫਲਾਈਟ ਦਾ ਨੰਬਰ ਚੇਂਜ ਹੋ ਜਾਣਾ ਤੁਸੀਂ ਠੀਕ ਹੈ ਜੋ ਨੰਬਰ ਚੇਂਜ ਹੋਣਾ ਹੈ ਨਾ ਠੀਕ ਹੈ ਅੱਗੇ ਦੂਜੇ ਜਾਦ ਜਾਵਣੇ ਜਿਹੜੇ ਜਾਦ ਨੇ ਅੱਗੇ ਆਉਣਾ ਹੈ ਨਾ ਜਿਹਨੇ ਢਲਣਾ ਤੇ ਆ ਕੇ ریاਦ 에ਰਪੋਰਟ ਤੇ ਜਾਂ ਜਦ ਢਲਣਾ ਸੂ ਜਾਂ ਮਸਲਮ ਦਮਾਮ ਢਲਣਾ ਸੂ ਤੁਸੀਂ ਉਹ ਜਾਦ ਦੱਸਣਾ ਇਹਨਾਂ ਨੂੰ ਠੀਕ ਹੈ ਪਿਛਲੇ ਜਹਾਜ਼ ਨਾਲ ਤੁਸੀਂ ਕਿਸ ਤਰ੍ਹਾਂ ਆਉਂਦੇ ਹੋ ਪੇ ਕਿਸ ਤਰ੍ਹਾਂ ਆਇਓ ਉਹਨਾਂ ਦਾ ਕੋਈ تعلق ਨਹੀਂ ਇਸ ਚੀਜ਼ ਨਾਲ ਠੀਕ ਹੈ ਤੁਸੀਂ ਉਹ ਜਹਾਜ਼ ਇਹਨਾਂ ਨੂੰ ਦੱਸਣਾ ਹੈ ਕਿ ਜਿਹੜੇ ਜਹਾਜ਼ ਤੇ ਬਹਿ ਕੇ ਤੁਸੀਂ ਸਾਊਦੀ ਅਰਬ ਵਿੱਚ ਆਉਣ ਲੱਗੇ ਹੋ ਜਿੱਥੇ ਐਥੇ ਪਹੁੰਚਣਾ ਜੇ ਠੀਕ ਹੈ ਉਸ ਜਹਾਜ਼ ਦਾ ਤੁਸੀਂ ਨੰਬਰ ਦੇਣਾ ਹੈ ਉਸ ਜਹਾਜ਼ ਦੀ ਤੁਸੀਂ 에ਅਰਲਾਈਨ ਦੱਸਣੀ ਹੈ ਤੇ ਉਹ ਜਗ੍ਹਾ ਦੱਸਣੀ ਹੈ ਜਿਹੜੀ ਜਗ੍ਹਾ ਤੇ ਤੁਸੀਂ ਆ ਰਹੇ ਹੋ ریاਦ ਵਿੱਚ ਆਉਣਾ ਜੇ ਦਮਾਮ ਵਿੱਚ ਆਉਣਾ ਜੇ ਜਾਂ ਜੱਦੇ ਚਾਉਣਾ ਜੀ ਠੀਕ ਹੈ ਜੀ ਅੱਛਾ ਫਿਰ ਜਨਾਬ ਇੱਕ ਉਹ ਔਰਦੋਸ ਨੇ ਸਵਾਲ ਪੁੱਛਿਆ ਕਿ ਦੁਬਈ 'ਚ ਅਗਰ ਕਰੰਟਾਈਨ ਕਰਨ ਤਾਂ ਹੈ ਪੇ ਮੈਂ ਲੜ ਇੱਕ ਫੋਟੋ ਵੀਡੀਓ ਟ੍ਰੈਡੀਸ਼ਨਲ ਤੇ ਉਹਦੇ ਵਿੱਚ ਮੈਂ ਦੱਸਿਆ ਜੀ ਭਾਈ ਮਸਲਨ ਕਰੰਟਾਈਨ ਵਾਸਤੇ ਉਹਨਾਂ ਨੇ ਆਪਣੇ ਸੈਂਟਰ ਬਣਾ ਲਏ ਨੇ ਮਸਲਨ ਪੰਜੀ ਬਿਲਡਿੰਗਾਂ ਲਈਆਂ ਨੇ ਤੇ ਉਹ ਪੰਜੀ ਬਿਲਡਿੰਗਾਂ 'ਚ ਮਸਲਨ ਉਹਨਾਂ ਨੂੰ ਕਰੰਟਾਈਨ ਕਰਾਣਾ ਜਿਹਨਾਂ ਬਾਹਰ ਆਉਨੇ ਤੇ ਭਾਈ ਨੇ ਪੁੱਛਦਿਆਂ ਭੇ ਕਿ ਭਾਈ ਦੁਬਈ 'ਚ 14000 ਕਰੰਟਾਈਨ ਕਰਨਾ ਹੈ 14000 ਰਹਿ ਕੇ ਉੱਥੋਂ ਆਉਣਾ ਤੇ ਇੱਥੇ ਆ ਕੇ ਫਿਰ ਕਰਨਾ ਪਵੇਗਾ ਤੇ ਜੇ ਕਰਨਾ ਹੀ ਪਵੇਗਾ ਤਾਂ ਕਿਨੇ ਦਿਨ ਕਰਨਾ ਪਵੇਗਾ ਸਾਧੂ ਜਿਹੜੇ ਬੰਦੇ ਦੁਬਈ ਤੋਂ ਆ ਰਹੇ ਉਹਨਾਂ 14 ਦਿਨ ऑलरेडी گزار ਕੇ ਆਉਂਦੇ ਹੋਏ ਤੁਹਾਨੂੰ ਕੋਈ ਕਵਰਟਾਈਨ ਨਹੀਂ ਕਰਨਾ ਪੈਣਾਗਾ ਇਹ ਕਵਰਟਾਈਨ ਉਹਨਾਂ ਬੰਦਿਆਂ ਨੇ ਕਰ ਰਹੇ ਜਿਹੜੇ ਬੰਦੇ ਪਾਕਿਸਤਾਨ ਤੋਂ ਆਉਣਗੇ ਜਾਂ ਜਿਹੜੇ ਬੰਦੇ ਮਸਲਨ ਇੰਡੀਆ ਤੋਂ ਆਉਣਗੇ ਜਾਂ ਬੰਗਲਾਦੇਸ਼ ਤੋਂ ਜਾਂ ਉਹਨਾਂ ਮੁਲਕਾਂ ਤੋਂ ਆਉਣਗੇ ਠੀਕ ਹੈ ਜਿਨ੍ਹਾਂ ਦੀ ਫਲੈਟਾਂ ਇਹ ਤੱਕ ਬੰਦ ਨੇ ਇਹ ਉਹਨਾਂ ਬੰਦਿਆਂ ਵਾਸਤੇ ਮਸਲਨ ਤਾਂ ਬੁਕਨ ਹੱਤ ਲਾਈਆਂ ਨੇ ਠੀਕ ਹੈ ਜੀ ਇਹ ਉਹਨਾਂ ਬੰਦੇ ਵਾਸਤੇ ਬੰਦਵਸ ਕਰਾਉਣ ਦੇ ਨੇ ਕਿ ਬੰਦੇ ਅੱਗੇ ਹੋਟਲ ਵੀ ਐਣਾ ਹੈ ਖਾਲੀ ਐ ਨਹੀਂ ਕੋਈ ਬੰਦੇ ਸੋਚਦੇ ਨੇ ਕਿ ਯਾਰ ਐਨੇ ਬੰਦੇ ਆਉਣੇ ਨੇ ਜੇ ਥੋੜੀ ਜਿਹੀ ਬਿਲਡਿੰਗਾਂ ਨੇ ਕਿੰਨੇ ਕੋਈ ਬੰਦੇ ਆਉਣ ਦੇ ਸਰ ਜੀ ਹੋਰ ਵੀ ਜਗ੍ਹਾ ਬੜੀ ਹੈ ਇਹ ਐਕਸਟਰਾ ਬੰਦਵਸ ਕਰ ਦੇਣੇ ਪਏ ਠੀਕ ਹੈ ਅੱਗੇ ਹੋਟਲ ਰਾਜ ਨੇ ਉਹਨਾਂ ਨੇ ਬੁੱਕ ਕੀਤੀ ਇਸ ਕੰਮ ਵਾਸਤੇ ਤਾਂ ਐਕਸਟਰਾ ਦੱਸ ਦੇਣੇ ਪਏ ਕਿ ਮਸਲ ਐਕਸਟਰਾ ਜਿਹੜੀਆਂ ਨੇ ਮਸਲ ਤੁਹਾਡੀ ਆਪਣਾ ਕਿਹਨ ਜੋ ਸਸਤੇ ਨਾਲੇ ਪੈਕੇਜ ਹੋਣਗੇ ਥੋੜੀ ਜਿਹਾ ਇਹਨਾਂ ਦੇ ਹੋਟਲ ਸਕੇ ਥੋੜੀ ਮਹਿੰਗੇ ਹੋਣ ਤੇ इस वास्ते दस पे रहा अभी भी बंदोबस्त करने पे अल्लाह गुलाह कर दे पे ताकि मुतमिन रहो ठीक है अच्छा जी आ, उस जनाब कराम लतीफ साहब दो बंद ने जनाब पुछते हैं कि जनाब तट्सएप का नंबर क्या है सर जी वट्सअप का नंबर थोड़ी देर पहले दस दे, फिर दसना सिफर सिफर बानवे त्रै सौ सत पौ अठासी सतर सत्तर जीरो जीरो नाइन टू फाइव हाँ डबल एट ट्रिपल सैवन जीरो इन शाला जिंदगी रही तो जनाब एक चंगी जी वीडियो लै कि फिर हाजिर होवे दुआ करो कि अति जनाब ते स्पेल वीडियो बनाईए जिद मैं दसा कि जनाब फ्लैटा खुल गई ने इन शाला उम्मीद है आने वाले जो दो चार दड़े ने बड़े अहम ने खैर खर करे मैं तो कहना मनु अपने रब की बारगाह जनाब बड़ी दुआ है बड़ी अर्ज है ठीक है कि इन शह इन शह जना जरूर फ्लैटा खुलन गियाँ अल्लाह जरूर जना सा सुने ठीक है दुआ करो बस तो मिया साहब ने आख्याजल करें तो ढोई नहीं छुटकारे ते फजल तेरे की पाप कमाए पा रहे वेहर वालिया साइया मेहर वालिया सइयाब गरीब नवाजा अपने फजल क्रम तो खोलें तो रहमत का दरवाज़ा या परवर दिगार सारे गरीबों की सुन लै तो एक बार फलैटा खोल छापस आवन देते इन शाला अगू ध्यान रखने देखिए करी नहीं इस इंसान है ना जी फिर तुम तो पता है बार मजबूरियाँ हो किसी वे बंद मेरे एक दोस्त ने हरकोट तू कहते सन कि जरा मैं भाई जी मजबूरी च आया सीक है मुश्किल बन गई तो फिर मैनू ਮਸਲ 8-9 ਮਹੀਨੇ ਹੋ ਗਏ ਨੇ ਤੇ ਇਨਸ਼ਾਅੱਲਾ ਜ਼ਿੰਦਗੀ ਦੇ ਤੇ ਫਿਰ ਮਿਲਾਂਗੇ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਅੱਛਾ ਜਿਸ ਬੰਧਨ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਨਾ ਫਰਜ਼ ਕਰ ਲਓ ਨਹੀਂ ਲੱਗਦੀ ਸਰ ਜੀ ਮਨੂੰ ਤੁਸੀਂ ਡਾਇਰੈਕਟ ਮੇਰੇ WhatsApp ਤੇ ਮਨੂੰ ਦੱਸਿਆ ਕਰੋ ਤਾਂ ਕਿ ਮੈਂ ਤੁਹਾਨੂੰ ਮਤਮਨ ਕਰਾਂ ਵਾ ਮੈਂ ਵੀਡੀਓ ਕਿਉਂ ਕਿਉਂ ਬਣਾਈ ਹੈ ਇਹ ਕਿਹ ਵਜ੍ਹਾ ਹੋਈ ਹੈ ਗਲਤ ਕਮੈਂਟਸ ਕਰਨ ਦੀ ਉੱਥੇ ਕੋਈ ਲੋੜ ਨਹੀਂ ਡਾਇਰੈਕਟ ਮਨੂੰ ਦੱਸੋ ਤੁਸੀਂ ਤੁਸੀਂ ਮੇਰੇ ਕਮਤ ਕਮ ਮੈਂ ਉਹਨੂੰ ਸੁਣਾ ਤੁਹਾਡੀ ਗੱਲ ਨੂੰ ਮੈਂ ਤੁਹਾਡਾ ਮੋਕਫ ਸੁਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਨੂੰ ਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੁਹਾਨੂੰ ਕਿਉਂ ਇੰਜ ਕਹਿਣਾ ਪਿਆ ਕੋਈ ਤਕਰੀ ਕਿਸੇ ਬੰਦੇ ਨਾਲ ਕੋਈ ਬੰਦਾ ਆਖੇ ਨਾ ਕਿ ਮੈਨੂੰ ਮੈਂ ਕਿਸੇ ਬੰਦੇ ਨੂੰ ਕਹਿਣਾ ਪਿਆ ਵਾ ਜ਼ਰੂਰ ਵੀਡੀਓ ਦੱਕਣੀ ਆ ਆਖਰ ਤੱਕ ਦੱਕਣੀ ਆ ਜਾਂ ਇਹਨੂੰ ਸਬਸਕ੍ਰਾਈਬਰ ਜ਼ਰੂਰ ਕਰਨਾ ਹੀ ਘੰਟੀ ਦਾ ਬਟਨ ਜ਼ਰੂਰ ਦਬਾਣਾ ਹੀ ਉੱਕਾ ਕੋਈ ਲੋੜ ਨਹੀਂ ਪਈ ਜੀ ਦਿਲ ਮੰਨਦਾ ਤੇ ਬਿਸ਼ੱਕ ਸੁਣੋ ਨਹੀਂ ਮੰਨਦਾ ਮੈਂ ਇੱਕ ਇਨਫੋਰਮੇਸ਼ਨ ਦੇਣਾ ਪਿਆ ਤੁਹਾਨੂੰ ਅਗਰ ਮੇਰੇ ਕੋਲ ਕੋਈ ਗਲਤੀ ਹੁੰਦੀ ਹੈ ਤੇ ਮੈਂ ਐਡਵਾਂਸ ਤੁਹਾਡੇ ਕੋਲ ਵਿੱਚ ਮਾਫੀ ਮੰਗਣਾ ਪਿਆ ਠੀਕ ਹੈ ਲੇਕਿਨ ਫਿਰ ਵੀ ਤੁਸੀਂ ਕੁਝ ਇਸ ਤਰ੍ਹਾਂ ਦੇ ਕਮੈਂਟਸ ਕਰਦੇ ਹੋ ਕਿ ਦੁੱਖ ਹੁੰਦਾ ਇਸ ਚੀਜ਼ ਦਾ ਕਿ ਯਾਰ ਮੇਰੇ ਉਹਨੂੰ ਕੋਈ ਫੌਜੀ ਸ਼ਿਕਾਇਤ ਨਹੀਂ ਹੁੰਦੀ ਵੀ ਨਾ ਹੀ ਮੈਂ ਤੁਹਾਨੂੰ ਕਦੇ ਖੁਸ਼ਖਬਰੀਆਂ ਦਿੱਤੀਆਂ ਨੇ ਉਹ ਜਿਹੜੇ ਕੋਈ ਦੂਜੇ ਚੈਨਲ ਦਿੰਦੇ ਨੇ ਕਿ ਹਰ ਰੋਜ਼ ਤੁਸੀਂ ਉਹਨਾਂ ਚੈਨਲ ਨੂੰ ਦੇਖੋ ਨਾ ਤੇ ਹਰ ਰੋਜ਼ ਕਿ ਨਵੀਂ ਡੇਟ ਦਿੰਦੇ ਨੇ ਹਰ ਰੋਜ਼ ਕਿ ਨਵੀਂ ਡੇਟ ਦਿੰਦੇ ਨੇ ਠੀਕ ਹੈ ਕਦੇ ਫੌਜੀ ਚਵਲ ਨਹੀਂ ਮਾਰੀ ਤੇ ਤੁਸੀਂ ਸਿਰੇ ਕਮੈਂਟਸ ਕਰਦੇ ਹੋ ਕੁਝ ਬੰਦੇ ਤੇ ਫਿਰ ਥੋੜਾ ਜਿਹਾ ਦੁੱਖ ਹੁੰਦਾ ਮੈਨੂੰ ਠੀਕ ਹੈ ਜਿਹਨੂੰ ਮੁਸ਼ਕਲ ਹੋਵੇ ਜਿਸ ਬੰਦੇ ਨੂੰ ਜਿਹੜਾ ਬੰਦਾ ਵੀਡੀਓ ਨਹੀਂ ਦੇਖਣਾ ਚਾਹੁੰਦਾ ਕਹਿੰਦੇ ਨੇ ਕਿ ਐਡੀ ਲੰਮੀ ਵੀਡੀਓ ਕਿਉਂ ਬਣਾਛੜੀ ਸਰ ਜੀ ਬਿਲਕੁਲ ਨਾ ਤਕੋ ਠੀਕ ਹੈ ਜਿੰਨੀ ਜ਼ਰੂਰਤ ਜੇ ਉਤਨੀ ਤੱਕ ਰੋ ਇੱਕ ਮਿੰਟ ਤੱਕ ਰੋ ਬੰਦ ਕਰ ਰੋ ਤੇ رابطہ ਤੁਸੀਂ ਜਨਾਬ ਮੇਰੇ WhatsApp ਤੇ ਕਰਕੇ ਮੈਨੂੰ ਦੱਸੋ ਕਿ ਭਾਈ ਜੀ ਐਤੋ ਤੁਸੀਂ ਗਲਤ ਕੀਤੀ ਹੈ ਐਨੀ ਵੀਡੀਓ ਲੰਮੀ ਇਸ ਵਜ੍ਹਾ ਤੋਂ ਕਿਉਂ ਕਰਛੜੀ ਠੀਕ ਹੈ ਇਨਸ਼ਾਅੱਲਾ ਜ਼ਿੰਦਗੀ ਨਹੀਂ ਤੇ ਜਨਾਬ ਫਿਰ ਮਿਲਾਂਗੇ ਅੱਲਾ ਹਾਫਿਜ਼